ਭਾਵਨਾ ਚਾਹੀਦੀ ਪਿਆਰ ਚਾਹੀਦਾ ਗੁਰੂ ਨਾਨਕ ਤੇ ਬੜਾ ਦਿਆਲੂ ਹੈ ਦਇਆ ਦਾ ਸਮੁੰਦਰ ਹੈ ਸਭ ਸੰਗਤ ਸਾਡੇ ਮਹਾਂਪੁਰਖ ਦਿੱਲੀ ਬੈਠੇ ਸੀ ਕਿਸੇ ਗੁਰਮੁਖ ਪਿਆਰੇ ਦੇ ਫਾਰਮ ਹਾਊਸ ਚ ਕਮਾਈ ਆਈ ਤੇ ਆ ਕੇ ਮਹਾਂਪੁਰਖਾਂ ਨੂੰ ਕਹਿਣ ਲੱਗੀ ਬਾਬਾ ਜੀ ਮੇਰਾ ਦਿਲ ਕਰਦਾ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਵਾਂ ਬਾਬਾ ਜੀ ਕਹਿੰਦੇ ਸੁਣਾਓ ਉਸ ਕਵਿਤਾ ਦੇ ਬੋਲ ਸੀ ਝੋਲੀ ਭਰਦੇ ਬਾਬਾ ਆਏ ਤੇਰੇ ਦਰਬਾਰ ਉਹ ਜਦੋਂ ਬਾਰ ਬਾਰ ਪੜ੍ਹਦੀ ਹੈ ਨਾ ਉਹ ਪੰਕਤੀ ਪਹਿਲਾਂ ਬੋਲ ਕੇ ਦੁਹਰਾਉਂਦੀ ਹੈ ਤੇ ਮਹਾਂਪੁਰਖ ਬੈਠੇ ਬੈਠੇ ਉੱਠ ਕੇ ਬਹਿ ਕੇ ਕਹਿੰਦੇ ਮਾਈ ਇਹ ਗੁਰੂ ਨਾਨਕ ਦਾ ਘਰ ਹੈ ਝੋਲੀ ਤੇ ਬਹੁਤ ਛੋਟੀ ਹੈ ਮੇਰਾ ਗੁਰੂ ਨਾਨਕ ਤੇ ਏਡਾ ਵੱਡਾ ਹੈ ਨਾ ਇੱਥੋਂ ਚਾਹੇ ਪੰਡਾ ਬੰਨ ਕੇ ਲੈ ਜਾਓ ਆਖੋ ਸਭ ਨਾ ਤੁਹਾਡਾ ਹਿਰਦਾ ਵੱਡਾ ਚਾਹੀਦਾ ਤੁਹਾਡੀ ਸੋਚ ਵੱਡੀ ਚਾਹੀਦੀ ਤੁਹਾਡੀ ਭਾਵਨਾ ਵੱਡੀ ਚਾਹੀਦੀ ਸਤਿਗੁਰ ਵੱਡਾ ਕਰ ਸਲਾਈ ਹੈ ਜਿਸ ਵਿੱਚ ਵੱਡੀਆਂ ਵੱਡਿਆਈਆਂ ਇੱਕ ਧਿਆਨ ਰੱਖਿਓ ਇੱਕ ਪੰਕਤੀ ਆਉਂਦੀ ਆਸਾ ਜੀ ਦੀ ਵਾਰ ਦੇ ਵਿੱਚ ਵੱਡੀ ਵਡਿਆਈ ਬੁੱਝੈ ਸਭ ਭਾਓ ਇਹ ਗੁਰੂ ਦੀ ਵੱਡੀ ਵਡਿਆਈ ਹੈ ਕਿ ਉਹ ਸਾਡੇ ਅੰਦਰ ਦੇ ਭਾਵ ਨੂੰ ਜਾਣਦਾ ਵੀ ਅਸੀਂ ਅੰਦਰੋਂ ਕਿਹੜੀ ਸੋਚ ਲੈ ਕੇ ਕਿੰਨੀ ਕੁ ਅਸੀਂ ਭਾਵਨਾ ਲੈ ਕੇ ਬੈਠੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ
ਇਹ ਅੰਦਰੋਂ ਨਾ ਮੇਰਾ ਗੁਰੂ ਨਾਨਕ ਜਾਣਦਾ ਹੈ। ਇਹੀ ਉਹਦੀ ਵੱਡੀ ਵਡਿਆਈ ਹੈ। ਕਿੱਡਾ ਕੁ ਵੱਡਾ ਹਿਰਦਾ ਲੈ ਕੇ ਆਇਆ ਸਿੱਖ, ਕਿ ਛੋਟੀ ਜਿਹੀ ਸੋਚ ਲੈ ਕੇ ਤਾਂ ਨਹੀਂ ਬੈਠਾ, ਗੁਰੂ ਸਾਹਿਬ ਦੀ ਹਜ਼ੂਰੀ ਚ ਰਹੋ। ਵਿਚਾਰ ਮੈਂ ਸਮਾਪਤੀ ਕਰਾਂ ਤੇ ਸਾਧ ਸੰਗਤ ਭਾਈ ਜੇਠਾ ਸੰਗਤ ਦੇ ਪਿੱਛੇ ਬੈਠਾ ਨਾ, ਗੁਰੂ ਕੀ ਦਿਆਲਤਾ ਦੇਖ ਕੇ ਰੋਈ ਚੱਲਦਾ, ਵਿਰਾਗ ਰੁਕਦਾ ਨਹੀਂ। ਸਾਧ ਸੰਗਤ ਜਿਹੜਾ ਪ੍ਰੇਮ ਦਾ ਵਿਰਾਗ ਹੁੰਦਾ ਨਾ, ਫਿਰ ਰੁਕਦਾ ਨਹੀਂ, ਰੁਕਿਆ ਨਹੀਂ ਰੁਕਦਾ। ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ। ਧੰਨ ਗੁਰੂ ਅਮਰਦਾਸ ਮਹਾਰਾਜ ਕੋਲ ਖੜੇ ਹਜ਼ੂਰੀਏ ਸਿੱਖ ਨੂੰ ਭਾਈ ਬੱਲੂ ਨੂੰ ਕਹਿਣ ਲੱਗੇ, ਭਾਈ ਬੱਲੂ ਚੌਰ ਬਰਦਾਰ ਸੀ ਗੁਰੂ ਸਾਹਿਬ ਜੀ ਦਾ, ਲੱਗਦਾ ਹੈ ਸਾਡਾ ਚੇਠਾ ਆ ਗਿਆ। ਭਾਈ ਬੱਲੂ ਕਹਿੰਦਾ, ਮਹਾਰਾਜ ਕਿੱਥੇ ਹੈ ਜੇਠਾ? ਕਹਿੰਦੇ ਲੱਗਦਾ ਉਹ ਪਿੱਛੇ ਸੰਗਤ ਚ ਬੈਠਾ, ਸਾਨੂੰ ਤੇ ਜੇਠਾ ਹੀ ਲੱਗ ਰਿਹਾ, ਜਾਓ ਬੁਲਾ ਕੇ ਲਿਆਓ। ਭਾਈ ਬੱਲੂ ਗਿਆ, ਪਿੱਛੇ ਬੈਠਾ ਸੀ ਸੰਗਤ ਚ ਭਾਈ ਜੇਠਾ ਜੀ ਨੀਵੀਂ ਪਾਈ, ਤੇ ਭਾਈ ਬੱਲੂ ਨੇ ਮੋਢੇ ਤੇ ਫੜ ਕੇ ਹਿਲਾਇਆ, ਪਿਆਰਿਆਂ ਨੂੰ ਗੁਰੂ ਸਾਹਿਬ ਬੁਲਾ ਰਹੇ। ਸਭ ਸੰਗਤ ਸਭ ਵਚਨ ਕਹਿ ਕੇ ਉੱਠੇ, ਨੀਵੀਂ ਪਾਈ, ਅੱਖਾਂ ਚ ਵਿਰਾਗ ਜਾਈ ਜਾ ਰਿਹਾ ਹੈ। ਗੁਰੂ ਅਮਰਦਾਸ ਮਹਾਰਾਜ ਕੋਲ ਚਲਾ ਗਿਆ, ਜਾ ਕੇ ਸੀਸ ਨਿਵਾਇਆ, ਰਸਨਾ ਤੋਂ ਬੋਲਿਆ ਨਹੀਂ ਜਾ ਰਿਹਾ। ਗੁਰੂ ਅਮਰਦਾਸ ਮਹਾਰਾਜ ਪੁੱਛਦੇ ਨੇ, ਕੀ ਗੱਲ ਜੇਠਿਆ, ਪਿੱਛੇ ਕਿਉਂ ਬਹਿ ਗਿਆ? ਅਕਬਰ ਬਾਦਸ਼ਾਹ ਦੀ ਤਸੱਲੀ ਨਹੀਂ ਹੋਈ? ਭਾਈ ਜੇਠਾ ਕਹਿੰਦਾ, ਮਹਾਰਾਜ ਆਪ ਜੀ ਦਾ ਰਸਨਾ ਤੇ ਬਾਸ ਹੋਵੇ ਤੇ ਉਹਦੀ ਤਸੱਲੀ ਨਾ ਹੋਵੇ ਕਦੀ ਹੋ ਹੀ ਨਹੀਂ ਸਕਦਾ। ਮਹਾਰਾਜ ਉਹਦੀ ਇੰਨੀ ਸ਼ਰਧਾ ਬਣ ਗਈ ਸਵਾਲਾਂ ਦੇ ਜਵਾਬ ਸੁਣ ਕੇ। ਉਹ ਕਹਿੰਦਾ, ਇੱਕ ਦਿਨ ਮੈਂ ਗੋਇੰਦਵਾਲ ਸਾਹਿਬ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਵਾਂਗਾ। ਤੇ ਮਹਾਰਾਜ ਕਹਿੰਦੇ, ਫਿਰ ਜੇਠਿਆ ਪਿੱਛੇ ਕਿਉਂ ਬਹਿ ਗਿਆ? ਤੂੰ ਸਿੱਧਾ ਸਾਡੇ ਕੋਲ ਕਿਉਂ ਨਹੀਂ ਆਇਆ? ਮਹਾਰਾਜ ਆਪ ਦੀ ਦਿਆਲਤਾ ਦੇਖ ਕੇ ਮੇਰੀ ਹਿੰਮਤ ਨਹੀਂ ਪਈ ਤੁਹਾਡੇ ਕੋਲ ਆਉਣ ਦੀ। ਗੁਰੂ ਸਾਹਿਬ ਕਹਿੰਦੇ, ਕੀ ਹੋ ਗਿਆ? ਸੱਚੇ ਪਾਤਸ਼ਾਹ ਜੀ ਇੰਨੇ ਦਿਆਲੂ, ਮਹਾਰਾਜ ਜਿਹੜੇ ਵਸਤਰ ਆਪ ਜੀ ਪਹਿਨੀ ਬੈਠੇ ਹੋ, ਆਹੀ ਕੱਪੜਾ ਆਹੀ ਰੰਗ ਮੈਂ ਆਪ ਜੀ ਵਾਸਤੇ ਲਾਹੌਰ ਚ ਪਸੰਦ ਕੀਤਾ ਸੀ, ਪਰ ਮੇਰੇ ਕੋਲ ਘੱਟ ਪੈਸੇ ਹੋਣ ਕਰਕੇ ਮੈਂ ਖਰੀਦ ਨਹੀਂ ਸੀ ਸਕਿਆ। ਪਾਤਸ਼ਾਹ ਮੈਂ ਬਰਾਤ ਜਾ ਕੇ ਉਸ ਬਜਾਜੀ ਦੀ ਦੁਕਾਨ ਤੋਂ ਬਾਹਰ ਨਿਕਲ ਗਿਆ, ਵੀ ਅੱਜ ਮੇਰੇ ਕੋਲ ਜ਼ਿਆਦਾ ਪੈਸੇ ਹੁੰਦੇ ਤੇ ਮੈਂ ਵਸਤਰ ਖਰੀਦ ਲੈਂਦਾ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜੇਠਿਆ, ਅਜੇ ਤੇ ਤੂੰ ਵਸਤਰ ਪਹਿਨੇ ਦੇਖੇ ਨੇ। ਕਹਿੰਦੇ, ਜਾਓ ਭਾਈ ਬੱਲੂ ਅੰਦਰੋਂ ਲਿਆ ਕੇ ਨਾ ਭਾਈ ਜੇਠੇ ਨੂੰ ਗੁੱਠਲੀਆਂ ਵੀ ਦਿਖਾ ਦੇ ਕੇ ਅਸੀਂ ਤੇਰੇ ਅੰਬ ਵੀ ਚੂਪ ਲਏ ਨੇ। ਆਖੋ ਸਤਨਾਮ। ਸਾਧ ਸੰਗਤ ਵਸ ਫੇਰ ਕੀ, ਭਾਈ ਬੱਲੂ ਨੇ ਜਦੋਂ ਲਿਆ ਕੇ ਗੁੱਠਲੀਆਂ ਅੱਗੇ ਰੱਖੀਆਂ ਨਾ, ਫਿਰ ਬੜੋ ਸਾਰੀ ਸੰਗਤ ਤੇਰੇ ਵਰਗਾ ਜਿਹਨਾਂ ਨੇ ਸੁਖਮਨੀ ਸਾਹਿਬ ਦੇ ਪਾਠ ਕਰਾਏ, ਅਚਾਨਕ ਹੀ
ਗੁਰੂ ਸਾਹਿਬ ਨੇ ਕਿਸੇ ਗੁਰਮੁਖ ਦੇ ਅੰਦਰ ਭਾਈ ਦੀਪ ਸਿੰਘ ਉਹਨਾਂ ਦੇ ਸਾਥੀਆਂ ਦੇ ਪੁਰਨਾ ਬਣਾ ਦਿੱਤਾ ਕਿ ਥੋੜਾ ਜਿਹਾ ਸਮਾਂ ਕੀਰਤਨ ਦੀ ਹਾਜ਼ਰੀ ਹੋ ਜਾਏ। ਪਿਆਰਿਓ, ਇਹ ਪਤਾ ਨੀ ਕਿਹਦੇ ਹਿਰਦੇ ਦੀ ਪੁਕਾਰ ਹੈ, ਸਾਡੀ ਤੁਹਾਡੀ ਕੀ ਹਿੰਮਤ। ਇਹੀ ਤਾਂ ਮੇਰੇ ਗੁਰੂ ਨਾਨਕ ਦੀ ਦਿਆਲਤਾ ਹੈ। ਆਖੋ ਸਤਨਾ ਸਤ ਸੰਗਤ ਮਿਲ ਜਾਣੀ, ਅਚਾਨਕ ਗੁਰੂ ਨਾਨਕ ਦਾ ਤਰਸ ਨੀ ਸਾਡੇ ਤੇ, ਧਿਆਨ ਜੁੜ ਗਿਆ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ। ਭੱਲੇ ਅਮਰਦਾਸ ਹੁਣ ਤੇਰੇ ਤੇਰੀ ਰੂਪਾ ਦੋਹੇ ਜਾਣੇ ਆਵੇ, ਸਤ ਸੰਗਤ ਦੇ ਤਰਸ ਹੈ। ਪੜ੍ਹੋ ਸਾਰੇ ਮੇਰੇ ਬੱਚਾ ਜੀ ਜ਼ਰੂਰੀ। ਪਰ ਅੱਜ ਸਾਡੇ ਮਨ ਚੋਂ ਭਾਵ ਗੁਆਚਦਾ ਜਾ ਰਿਹਾ। ਸਾਡੇ ਇੱਕ ਮਹਾਂਪੁਰਖ ਸੀ, ਕਿਸੇ ਬੀਬੀ ਨੇ ਆ ਕੇ ਬੇਨਤੀ ਕੀਤੀ, ਬਾਬਾ ਜੀ ਬੱਚਾ ਨਹੀਂ, ਆਪ ਜੀ ਕਿਰਪਾ ਕਰੋ। ਤੇ ਦੇਖੋ ਮਹਾਂਪੁਰਖਾਂ ਦੀ ਭਾਵਨਾ, ਕਹਿੰਦੇ ਬੀਬਾ ਦੁਪਹਿਰੇ ਨਾ 12 ਤੋਂ 2 ਵਜੇ ਤੱਕ ਲਾਈਟ ਚਲੇ ਜਾਂਦੀ ਹੈ। ਕਹਿੰਦੇ ਆ ਕੇ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੱਖੀ ਝੱਲਿਆ ਕਰ, ਗੁਰੂ ਸਾਹਿਬ ਤੈਨੂੰ ਪੁੱਤਰ ਦੀ ਦਾਤ ਬਖਸ਼ ਰਹੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਮੁਖੋ, ਸਿਰਫ ਇੱਕ ਸਵਾ ਮਹੀਨਾ ਬੀਬੀ ਨੇ ਪੱਖੀ ਝੱਲੀ ਤੇ ਗੁਰੂ ਨਾਨਕ ਨੇ ਕਿਰਪਾ ਕੀਤੀ ਤੇ ਉਸ ਬੀਬੀ ਦੀ ਝੋਲੀ ਭਰ ਦਿੱਤੀ। ਐਸਾ ਦਿਆਲੂ ਸਤਿਗੁਰੂ ਸਾਡੇ ਗੁਰਮੁਖ ਪਿਆਰੇ ਨੇ। ਮੈਂ ਗੱਲ ਕਹਿ ਕੇ ਸਮਾਪਤੀ ਕਰਾਂ। ਸਵਿਸ ਦੇ ਵਿੱਚ ਉਹਨਾਂ ਨੇ ਮੈਨੂੰ ਇੱਕ ਗੱਲ ਸੁਣਾਈ, ਕਹਿੰਦੇ ਬਾਬਾ ਜੀ ਜਦੋਂ ਅਸੀਂ ਪਾਕਿਸਤਾਨ 'ਚ ਜੇਲ੍ਹ 'ਚ ਰਿਹਾ ਹੋਏ ਨਾ, ਸ਼ੁਕਰਾਨੇ ਦਾ ਖੰਡ ਪਾਠ ਸਾਹਿਬ ਕੀਤਾ ਤੇ ਜਿਹੜੇ ਜਾਣਕਾਰ ਸੀ ਪ੍ਰੇਮੀ ਸਾਰੇ ਬੁਲਾਏ। ਉੱਥੇ ਇੱਕ ਮੁਸਲਮਾਨ ਆਫਿਸਰ ਸੀ, ਕਹਿੰਦੇ ਜਿਹਦੇ ਨਾਲ ਸਾਡਾ ਬੜਾ ਪ੍ਰੇਮ ਪੈ ਗਿਆ, ਯੂਸਫ ਉਸਦਾ ਨਾਂ ਸੀ। ਕਹਿੰਦੇ ਉਹਨੂੰ ਵੀ ਅਸੀਂ ਭੋਗ ਤੇ ਸੱਦਿਆ ਤੇ ਜਦੋਂ ਭੋਗ ਤੇ ਸੱਦਿਆ ਅਖੰਡ ਪਾਠ ਸਾਹਿਬ ਦੀ ਸਪੂਰਨਤਾਈ ਹੋਈ ਤੇ ਕਹਿੰਦੇ ਉਹ ਯੂਸਫ ਪੁੱਛਦਾ ਕਿ ਜਿਹੜਾ ਤੁਸੀਂ ਇਹ ਅਖੰਡ ਪਾਠ ਸਾਹਿਬ ਕੀਤਾ ਹੈ ਇਹਦਾ ਕੀ ਮਤਲਬ ਹੈ। ਤੇ ਕਹਿੰਦੇ ਅਸੀਂ ਉਹਨੂੰ ਦੱਸਿਆ ਵੀ ਇੱਕ ਤੇ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ, ਲੇਕਿਨ ਜਦੋਂ ਅਸੀਂ ਕਈ ਵਾਰੀ ਸਾਡੀ ਭਾਵਨਾ ਹੁੰਦੀ ਗੁਰੂ ਸਾਹਿਬ ਤੋਂ ਅਸੀਂ ਕੁਛ ਮੰਗਣਾ ਹੁੰਦਾ ਲੈਣਾ ਹੁੰਦਾ ਫਿਰ ਵੀ ਅਸੀਂ ਅਖੰਡ ਪਾਠ ਸਾਹਿਬ ਕਰਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਸਾਡੀ ਝੋਲੀ ਭਰ, ਸਾਡੇ 'ਤੇ ਬਖਸ਼ਿਸ਼ ਕਰ। ਇਹ ਜਿਹੜਾ ਸਾਡਾ ਸਤਿਗੁਰੂ ਹੈ ਨਾ, ਸਾਹਿਬ ਦੇ ਗੁਰਬਾਣੀ 'ਚ ਬਚਨ ਨੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ 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 ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਤੇ। ਕਹਿੰਦੇ ਉਹ ਆਫਿਸਰ ਕਹਿਣ ਲੱਗਿਆ, ਕਹਿੰਦਾ ਵੀ ਮੇਰੀ ਵੀ ਇੱਕ ਤੁਹਾਨੂੰ ਰਿਕੁਐਸਟ ਹੈ, ਕਿਆ ਤੁਸੀਂ ਇਹ ਇੱਕ ਖੰਡ ਪਾਠ ਸਾਹਿਬ ਮੇਰੇ ਵਾਸਤੇ ਕਰ ਸਕਦੇ ਆ। ਕਹਿੰਦਾ ਸੀ ਕਿ ਦੱਸੋ। ਕਹਿੰਦਾ ਮੇਰੇ ਘਰੇ ਪੁੱਤਰ ਨਹੀਂ ਹੈ, ਬੱਚਾ ਨਹੀਂ ਹੈ, ਤੇ ਤੁਸੀਂ ਇੱਕ ਖੰਡ ਪਾਠ ਸਾਹਿਬ ਕਰਕੇ ਮੇਰੇ ਲਈ ਵੀ ਅਰਦਾਸ ਕਰੋ
ਮੇਰੇ ਲਈ ਵੀ ਬੇਨਤੀ ਕਰੋ ਕਿ ਮੇਰੇ ਘਰੇ ਪੁੱਤਰ ਪੈਦਾ ਹੋ ਜਾਏ। ਤੇ ਕਹਿੰਦੇ ਅਸੀਂ ਕਿਹਾ ਕੋਈ ਗੱਲ ਨਹੀਂ, ਜੇ ਤੇਰੀ ਸ਼ਰਧਾ ਤੇ ਅਸੀਂ ਜ਼ਰੂਰ ਅਖੰਡ ਪਾਠ ਸਾਹਿਬ ਆਰੰਭ ਕਰਾ ਦਿੰਦੇ ਹਾਂ। ਚਲੋ ਕਹਿੰਦੇ ਅਸੀਂ ਤਿਆਰੀ ਕੀਤੀ ਤੇ ਉਹਦੇ ਲਈ ਅਖੰਡ ਪਾਠ ਸਾਹਿਬ ਆਰੰਭ ਕਰਾ ਦਿੱਤਾ। ਤੇ ਕਹਿੰਦੇ ਜਿਸ ਦਿਨ ਭੋਗ ਪੈਣਾ ਸੀ ਉਹਤੇ ਮਠਿਆਈ ਦੇ ਡੱਬੇ ਫਰੂਟਾਂ ਦੇ ਟੋਕਰੇ ਲੈ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਹਾਜ਼ਰ ਹੋ ਗਿਆ ਭੋਗ ਦੇ, ਔਰ ਬੜਾ ਖੁਸ਼। ਤੇ ਕਹਿੰਦੇ ਆ ਕੇ ਸਾਨੂੰ ਅਸੀਂ ਪੁੱਛਿਆ ਜੂਸਮ ਇੰਨੀ ਮਠਿਆਈ ਇੰਨੇ ਫਰੂਟਾਂ ਦੇ ਡੱਬੇ ਤੁਸੀਂ ਕਾਹਦੇ ਵਾਸਤੇ ਲੈ ਕੇ ਆਏ? ਉਹ ਕਹਿੰਦਾ ਕਹਿੰਦਾ ਅੱਗੋਂ ਉਹ ਸਾਨੂੰ ਕਹਿ ਰਿਹਾ ਹੈ, ਕਹਿੰਦਾ ਯਾਰ ਕਮਾਲ ਦਾ ਤੁਹਾਡਾ ਗੁਰੂ, ਕਮਾਲ ਦਾ, ਜਿੰਨੀ ਛੇਤੀ ਮੇਰੀ ਇੱਛਾ ਪੂਰੀ ਕੀਤੀ ਸ਼ਾਇਦ ਤੁਹਾਡੀ ਵੀ ਕਿਸੇ ਦੀ ਨਾ ਹੋਈ ਹੋਵੇ। ਕਹਿੰਦੇ ਅਸੀਂ ਕਿਹਾ ਕਮਾਲ ਹੋ ਗਈ ਵੀ ਜੂਸਮ ਸਾਹਿਬ ਕਹਿ ਕੀ ਰਹੇ ਨੇ, ਬੱਚੇ ਲਈ ਅਰਦਾਸ ਕੀਤੀ ਹੈ ਅਖੰਡ ਪਾਠ ਸਾਹਿਬ ਦਾ ਜੇ ਭੋਗ ਪੈ ਰਿਹਾ ਵੀ ਇਹ ਕਹਿ ਕੀ ਰਹੇ ਨੇ? ਤੇ ਕਹਿੰਦੇ ਅਸੀਂ ਕਿਹਾ ਜੂਸਮ ਸਾਹਿਬ ਬੁਝਾਰਤਾ ਨਾ ਪਾਓ, ਸਾਨੂੰ ਗੱਲ ਤੁਹਾਡੀ ਸਮਝ ਨਹੀਂ ਆ ਰਹੀ। ਕਹਿੰਦਾ ਕਹਿੰਦਾ ਉਹਨੇ ਦੱਸਿਆ ਕਿ ਕੱਲ ਕੀ ਹੋਇਆ, ਮੈਂ ਆਪਣੀ ਭੈਣ ਦੇ ਘਰੇ ਗਿਆ ਤੇ ਮੇਰੀ ਭੈਣ ਦੇ ਬੱਚਾ ਹੋਇਆ, ਪੁੱਤਰ ਪੈਦਾ ਹੋਇਆ। ਕਹਿੰਦਾ ਜਦੋਂ ਮੈਂ ਉਹਦੇ ਕੋਲ ਪਹੁੰਚਿਆ ਨਾ ਉਹਨੂੰ ਮਿਲਣ ਵਾਸਤੇ ਵਧਾਈਆਂ ਦੇਣ ਵਾਸਤੇ, ਅਜੇ ਮੈਂ ਜਾ ਕੇ ਖੜਾ ਹੀ ਸੀ, ਕਹਿੰਦਾ ਮੈਂ ਅਜੇ ਕੁਛ ਬੋਲਿਆ ਨੀ, ਕਹਿੰਦਾ ਮੇਰੀ ਭੈਣ ਨੇ ਬੱਚਾ ਚੁੱਕਿਆ, ਕਹਿੰਦੀ ਪੁੱਤਰ, ਕਹਿੰਦੀ ਭਰਾ ਜੀ ਮੈਂ ਅੱਲਾਹ ਤਾਲਾ ਤੋਂ ਤੁਹਾਡੇ ਵਾਸਤੇ ਲਿਆ। ਆਖੋ ਸਤਨਾਮ। ਕਹਿੰਦਾ ਉਹਨੇ ਪੁੱਤਰ ਮੇਰੀ ਝੋਲੀ ਚ ਪਾ ਦਿੱਤਾ। ਕਹਿੰਦਾ ਕਮਾਲ ਦਾ ਤੁਹਾਡਾ ਗੁਰੂ, ਤਿੰਨ ਦਿਨਾਂ ਚ ਮੇਰੀ ਝੋਲੀ ਚ ਪੁੱਤਰ ਦੀ ਦਾਤ ਆ ਗਈ। ਸਾਧ ਸੰਗਤ ਇੱਥੇ ਗੁਰਮੁਖੋ, ਘਾਟ ਸਾਡੀ ਭਾਵਨਾ ਵਿੱਚ ਹੈ, ਘਾਟ ਸਾਡੀ ਸ਼ਰਧਾ ਵਿੱਚ ਹੈ, ਘਾਟ ਸਾਡੇ ਪਿਆਰ ਵਿੱਚ ਹੈ, ਸਤਿਗੁਰੂ ਤੇ ਦਿਆਲੂ ਹੈ। ਸਾਧ ਸੰਗਤ ਮਨ ਕਿਉਂ ਬੈਰਾਗ ਕਰੇਗਾ, ਸਤਿਗੁਰ ਮੇਰਾ ਪੂਰਾ, ਸਤਿਗੁਰੂ ਤੇ ਪੂਰਾ ਹੈ, ਗੁਰੂ ਨਾਨਕ ਤੇ ਪੂਰਾ ਹੈ, ਕਮੀਆਂ ਨੇ ਤੇ ਸਾਡੇ ਵਿੱਚ ਨੇ। ਸਾਧ ਸੰਗਤ ਸਾਡੀ ਸੋਚ ਛੋਟੀ, ਸਾਡੇ ਭਾਵ ਛੋਟੇ, ਅੱਜ ਤੇ ਭਾਵ ਗੁਆਚਦਾ ਜਾ ਰਿਹਾ, ਇੰਨੇ ਅਸੀਂ ਤਰਕਵਾਦੀ ਹੋ ਗਏ, ਹਰ ਗੱਲ ਤੇ ਤਰਕ, ਹਰ ਗੱਲ ਤਰਕ, ਪਰ ਇੱਥੇ ਤੇ ਪਿਆਰ ਦੀ ਖੇਡ ਹੈ, ਇੱਥੇ ਤੇ ਭਾਵਨਾ ਦੀ ਖੇਡ ਹੈ। ਪਿਆਰਿਓ, ਜਿਹੜੇ ਗੁਰੂ ਨਾਨਕ ਘਰ ਚ ਭਾਵਨਾ ਬਣਾ ਕੇ ਆਉਂਦੇ ਨੇ ਨਾ, ਉਹ ਗੁਰੂ ਨਾਨਕ ਪਾਤਸ਼ਾਹ ਤੋਂ ਝੋਲੀਆਂ ਭਰਾ ਕੇ ਲੈ ਕੇ ਜਾਂਦੇ। ਇਸ ਕਰਕੇ ਭਾਵਨਾ ਬਣਾ ਕੇ ਆਓ। ਗੁਰਮੁਖ ਪਿਆਰਿਆਂ ਨੇ ਭਾਵਨਾ ਬਣਾ ਕੇ ਸਾਧ ਸੰਗਤ ਪਾਠ ਕੀਤਾ, ਸੁਖਮਨੀ ਸਾਹਿਬ ਦਾ ਕਰਾਇਆ, ਤੇ ਸ਼ੁਕਰਾਨੇ ਦੀ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਦੇ ਅੱਗੇ। ਦੋ ਮਿੰਟ ਸਾਰੀ ਸੰਗਤ ਵਾਹਿਗੁਰੂ ਦਾ ਸਿਮਰਨ ਕਰੀਏ ਤੇ ਫਿਰ ਸਾਧ ਸੰਗਤ ਸਮਾਪਤੀ ਹੈ। ਸਾਧ ਸੰਗਤ ਇਸ ਕਰਕੇ ਮਹਾਰਾਜ ਕਿਰਪਾ ਕਰਨ, ਸਾਡੀ ਝੋਲੀ ਚ ਵੀ ਸ਼ਰਧਾ ਭਾਵਨਾ ਪਿਆਰ ਦਾ ਕਿਣਕਾ ਪਾਉਣ। ਸਾਧ ਸੰਗਤ ਸਾਡੀ ਵੀ ਐਸੀ ਭਾਵਨਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਬਣ ਜੇ। ਜਦੋਂ ਅਸੀਂ ਗੁਰੂ ਸਾਹਿਬ ਕੋਲ ਬੈਠੀਏ ਸਾਨੂੰ ਇਉਂ ਲੱਗੇ ਕਿ ਅਸੀਂ ਸਾਕਸ਼ਾਤ ਗੁਰੂ ਨਾਨਕ ਦੇ ਕੋਲ ਬੈਠੇ ਹਾਂ, ਸਾਨੂੰ ਇਉਂ ਲੱਗੇ ਕਿ ਅਸੀਂ ਸਾਕਸ਼ਾਤ ਕਲਗੀਧਰ ਪਾਤਸ਼ਾਹ ਦੇ ਕੋਲ ਬੈਠੇ ਹਾਂ। ਸਾਧ ਸੰਗਤ ਫਿਰ ਅੱਗੇ ਜੋ ਬਖਸ਼ਿਸ਼ਾਂ ਗੁਰੂ ਸਾਹਿਬ ਕਰਨਗੇ ਨਾ ਉਹ ਸਾਤੋਂ ਸੰਭਾਲੀਆਂ ਨਹੀਂ ਜਾਣਗੀਆਂ, ਇੱਡੀਆਂ ਬਖਸ਼ਿਸ਼ਾਂ ਫਿਰ ਮਹਾਰਾਜ ਸਾਡੇ ਤੇ ਕਰਨਗੇ। ਇਸ ਕਰਕੇ ਆਓ। ਗੁਰਮੁਖ ਪਰਿਵਾਰ ਦਾ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ, ਕੋਟਾਨਕੋਟ ਧੰਨਵਾਦ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਆਦਰਸ ਕਰਕੇ ਸਮਾਂ ਸਾਨੂੰ ਸਤਸੰਗ ਦੀਆਂ ਘੜੀਆਂ ਚਾਲ ਕੀ ਖੇਡ ਬਣ ਗਈ, ਕਮਾਲ ਹੋ ਗਈ, ਪਤਾ ਨਹੀਂ ਕਿਹੜੀ ਰੂਹ ਤੜਫਦੀ ਹੋਣੀ ਹੈ। ਸਾਧ ਸੰਗਤ ਸਾਰਿਆਂ ਦੇ ਅੰਦਰ ਦੀ ਤੜਫ ਨੂੰ ਜਾਣਦਾ ਨਾ, ਮੇਰਾ ਗੁਰੂ ਨਾਨਕ ਪਤਾ ਨਹੀਂ ਕਿਹਦੀ ਇੱਛਾ ਪੂਰੀ ਕੀਤੀ ਸਾਹਿਬ ਨੇ। ਇਸ ਕਰਕੇ ਆਓ ਸਾਰੇ ਜੁੜੋ, ਕੋਈ ਰਸਨਾ ਬਾਂਧੀ ਨਾ ਰਹੇ। ਆ ਬੇਨਤੀ ਕਰਦੇ ਹੋਏ ਤੇ ਫਿਰ ਸਮਾਪਤੀ ਕਰੀਏ। ਮੇਰੇ ਸਤਿਗੁਰ ਜੀ ਤੁਸੀਂ ਮਿੰਦਰ ਕਰੋ, ਬਦਲ ਦੇ ਵੋ ਸਤਿਗੁਰ ਜੀ ਤੁਸੀਂ ਮੇਰੇ ਕਰੋ, ਸਤਿਗੁਰ ਜੀ ਤੁਸੀਂ ਮੇਰੇ ਕਰੋ, ਸਤਿਗੁਰ ਜੀ ਤੁਸੀਂ ਮੇਰੇ ਕਰੋ।
ਨਮਸਕਾਰ ਹੀ ਕਰੀਏ ਨਾ। ਗੁਰੂ ਸਾਹਿਬ ਕਹਿੰਦੇ ਗੁਰ ਪੂਰਾ ਨਮਸਕਾਰੇ ਪ੍ਰਭ ਸਭੇ ਕਾਜ, ਸਿਰਫ ਨਮਸਕਾਰ ਕਰਨ ਨਾਲ। ਇੱਥੇ ਮੱਥੇ ਦੇ ਲੇਖ ਬਦਲ ਦਿੱਤੇ ਜਾਂਦੇ ਨੇ ਸਾਧ ਸੰਗਤ, ਇਸ ਕਰਕੇ ਕਰੋ ਬੇਨਤੀ ਜਿਹੜੀ ਸਾਰੀ ਸੰਗਤ
Thank you.